ਜਦੋਂ ਨੂੰ ਸਾਨੂੰ ਰੋਜ਼ਗਾਰ ਦੇਣ ਦਾ ਟਾਈਮ ਆਉਂਦਾ ਵਾ ਤਾਂ ਵੋਟਾਂ ਮੰਗਣ ਆ ਜਾਂਦੇ ਨੇ। ਕੀ ਕਰੀਏ ਅਸੀਂ ਜਦੋਂ ਸਾਨੂੰ ਰੋਜ਼ਗਾਰ ਹੀ ਨਹੀਂ ਦਿੰਦੇ, ਅਸੀਂ ਤੁਹਾਨੂੰ ਵੋਟਾਂ ਕਿਵੇਂ ਦਈਏ? ਰਿਜ਼ਲਟ ਵੀ ਦੇਤਾ, ਸਾਰਾ ਕੁਛ ਦੇਤਾ, ਐਡੀ ਕਪੜਾਬਾਜ਼ੀ ਕੀਤੀ ਆ, ਰਿਜ਼ਲਟ ਦੀ ਪੂਰੀ ਲਿਸਟ ਬਣਾਤੀ ਇਹਨਾਂ ਨੇ, ਕੋਈ ਉਹਨਾਂ ਦੇ ਵਿੱਚ ਮਾਰਕਸ ਨਹੀਂ ਦਿੱਤੇ, ਕੁਛ ਨਹੀਂ ਦਿੱਤਾ ਹੈਗਾ, ਸਿਰਫ ਇੱਕ ਨਕਲੀ ਲਿਸਟ ਬਣਾ ਕੇ ਸਾਡੇ ਮੂਹਰੇ ਮੱਥੇ ਮੜਤੀ। ਉਦੋਂ ਨੂੰ ਸਾਡੀਆਂ ਏਜਾਂ ਚਲੀਆਂ ਜਾਂਦੀਆਂ ਨੇ, ਕੋਈ ਮਰਮਰਾ ਜਾਂਦਾ ਵਾ, ਕੋਈ ਜ਼ਿੰਮੇਵਾਰੀਆਂ 'ਚ ਰਹਿ ਜਾਂਦਾ, ਕੁਛ 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 ਸਾਰਾ ਕੁਛ ਹੋ ਜਾਂਦਾ, ਪਰ ਇਹਨਾਂ ਦੀਆਂ ਭਰਤੀਆਂ ਲੇਟ ਆਉਂਦੀਆਂ ਨੇ। ਅਸੀਂ ਜ਼ਿਲ੍ਹਾ ਸੰਗਰੂਰ ਦੇ ਸੰਗਰੂਰ ਲੁਧਿਆਣਾ ਮੁੱਖ ਮਾਰਗ 'ਤੇ ਖੜ੍ਹੇ ਹਾਂ ਇਸ ਟਾਈਮ, ਜਿੱਥੇ ਪੰਜਾਬ ਸਰਕਾਰ ਚੰਨੀ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਨੇ। ਇਹ ਜਿਹੜੇ ਨੌਜਵਾਨ ਦੇਖ ਰਹੇ ਹੋ ਤੁਸੀਂ, ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਮੁੰਡੇ ਕੁੜੀਆਂ ਨੇ, ਇਹਨਾਂ ਨੇ ਉਹ ਵਾਅਦਿਆਂ ਮੁਤਾਬਕ ਆਪਣੀ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਆਈ ਸੀ ਉਹਦੇ 'ਚ ਭਰਤੀ ਹੋਣ ਲਈ ਆਪਣੀਆਂ ਫੀਸਾਂ ਜਮ੍ਹਾਂ ਕਰਾਈਆਂ ਅਤੇ ਫਿਜ਼ੀਕਲ ਟੈਸਟ ਦਿੱਤਾ। ਉਸ ਤੋਂ ਬਾਅਦ ਇਹ ਨੌਜਵਾਨ ਕੁੜੀਆਂ ਮੁੰਡੇ ਅੱਜ ਕਿਉਂ ਧਰਨਾ ਲਾ ਰਹੇ ਨੇ? ਇਹ ਧਰਨਾ ਕੱਲ੍ਹ 3 ਨਵੰਬਰ ਦਾ ਸਹੀ 2 ਵਜੇ ਤੋਂ ਲੈ ਕੇ ਚੱਲ ਰਿਹਾ, ਜਿਹਦੇ ਨਾਲ ਹਜ਼ਾਰਾਂ ਲੱਖਾਂ ਜਿਹੜਾ ਲੋਕ ਰਾਹਗੀਰ ਨੇ, ਲੁਧਿਆਣੇ ਵਾਲੀ ਸਾਈਡ ਤੋਂ ਲਾ ਲਈਏ, ਸੰਗਰੂਰ ਮੁਲਕ ਸਾਈਡ ਤੋਂ ਲਾ ਲਈਏ, ਖੱਜਲ ਖੁਆਰ ਹੋ ਰਹੇ ਨੇ ਅਤੇ ਇਹ ਇੱਥੇ ਬੈਠੇ ਖੱਜਲ ਖੁਆਰ ਹੋ ਰਹੇ ਨੇ ਸਰਕਾਰ ਤੋਂ ਮੰਗਾਂ ਨੂੰ ਲੈ ਕੇ। ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂ ਇਹ ਇੰਨੇ ਠੰਡ ਦੇ ਬਾਵਜੂਦ, ਦਸੰਬਰ ਚੜ੍ਹ ਗਿਆ, ਦਸੰਬਰ ਦੇ ਵਿੱਚ ਵੀ ਇਹ ਦਿਨ ਰਾਤ ਧਰਨਾ ਲਾ ਕੇ ਬੈਠੇ ਨੇ? ਛੋਟੀ ਛੋਟੀ ਉਮਰ ਆ ਇਹਨਾਂ ਦੀ, ਇਹਨਾਂ ਨੇ ਰੁਜ਼ਗਾਰ ਇਹਨਾਂ ਦੇ ਹੱਥਾਂ 'ਚ ਹੋਣਾ ਦੀ, ਇਹੋ ਜਿਹਾ ਸਿਸਟਮ ਆ ਪੰਜਾਬ ਦਾ ਦੇਸ਼ ਦਾ ਕਿ ਇਹਨਾਂ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਹੇ ਨੇ। ਬਾਕੀ ਨੌਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਆ, ਜਿਹੜੇ ਉਰੇ ਰਹਿ ਗਏ ਉਹ ਧਰਨੇ ਲਾਉਣ ਲਈ ਮਜਬੂਰ ਹੋ ਰਹੇ ਨੇ। ਗੱਲ ਕਰਨ ਦੀ ਕੋਸ਼ਿਸ਼ ਕਰਾਂ, ਕੀ ਨਾਂ ਤੁਹਾਡਾ? ਗੁਰਪ੍ਰੀਤ ਕੌਰ ਜੀ, ਕੀ ਕਿਉਂ ਤੁਸੀਂ ਇਹ ਕੱਲ ਦਾ ਧਰਨਾ ਲਾ ਰਹੇ ਹੋ, ਕੀ ਮਸਲਾ ਪੂਰਾ ਹੈ? ਸਾਡਾ ਮੇਨ ਮੁੱਦਾ ਪੰਜਾਬ ਪੁਲਿਸ ਕਾਂਸਟੇਬਲ ਦੀ ਜਿਹੜੀ ਭਰਤੀ ਆਈ ਸੀ ਉਹਨੂੰ ਲੈ ਕੇ ਆ। ਇਹਨਾਂ ਨੇ ਭਰਤੀ ਦੇਤੀ, ਅਸੀਂ ਫੀਸਾਂ ਵੀ ਭਰੀਆਂ, ਹਜ਼ਾਰ ਹਜ਼ਾਰ ਰੁਪਇਆ ਫੀਸਾਂ 'ਤੇ ਲੱਗਿਆ। ਅਸੀਂ ਪੇਪਰ ਦੇਣ ਗਏ, ਪੇਪਰਾਂ 'ਤੇ ਸਾਡਾ 4-4, 5-5 ਹਜ਼ਾਰ ਰੁਪਇਆ ਖਰਚਾ ਹੋ ਗਿਆ। ਟੋਟਲੀ ਮਿਲਾ ਲਓ 6 ਹਜ਼ਾਰ ਰੁਪਈਏ ਦੇ ਨੇੜੇ ਅਸੀਂ ਖਰਚਾ ਲਿਆ। ਗਰੀਬ ਘਰਾਂ 'ਚੋਂ ਅਸੀਂ ਆਏ ਹੋਏ ਹਾਂ, 6 ਹਜ਼ਾਰ ਸਾਡਾ ਮਾਂ ਪਿਓ ਕਿਵੇਂ ਦਿਹਾੜੀਆਂ ਕਰਕੇ ਸਾਨੂੰ ਦਿੱਤਾ ਉਹਨਾਂ ਨੇ, ਅਸੀਂ ਜਾਣਦੇ ਹਾਂ। ਇਹਨਾਂ ਨੇ ਰਿਜ਼ਲਟ ਵੀ ਦੇਤਾ, ਸਾਰਾ ਕੁਛ ਦੇਤਾ, ਐਡੀ ਕਪੜਾਬਾਜ਼ੀ ਕੀਤੀ ਆ, ਰਿਜ਼ਲਟ ਦੀ ਪੂਰੀ ਲਿਸਟ ਬਣਾਤੀ ਇਹਨਾਂ ਨੇ, ਕੋਈ ਉਹਨਾਂ ਦੇ ਵਿੱਚ ਮਾਰਕਸ ਨਹੀਂ ਦਿੱਤੇ, ਕੁਛ ਨਹੀਂ ਦਿੱਤਾ ਹੈਗਾ, ਸਿਰਫ ਇੱਕ ਨਕਲੀ ਲਿਸਟ ਬਣਾ ਕੇ ਸਾਡੇ ਮੂਹਰੇ ਮੱਥੇ ਮੜਤੀ ਵੀ ਤੁਸੀਂ ਦੇਖ ਲਓ। ਸਿਰਫ ਉਹ ਬੱਚੇ ਜਿਨ੍ਹਾਂ ਨੇ ਸ਼ਾਇਦ ਪੈਸੇ ਲਾਏ ਹੋਣ, ਅਸੀਂ ਕੁਛ ਨਹੀਂ ਕਹਿ ਸਕਦੇ, ਰਿਸ਼ਵਤਖੋਰੀ ਦਿੱਤੀ ਹੋਵੇ, ਕੀ ਹੋਇਆ ਕੀ ਨਹੀਂ ਸਾਨੂੰ ਕੁਝ ਵੀ ਨਹੀਂ ਪਤਾ ਹੈਗਾ। ਸਾਨੂੰ ਸਾਡਾ ਰਿਜ਼ਲਟ ਟੋਟਲੀ ਦਿੰਦੇ, ਅਸੀਂ ਫੇਰ ਮੰਨਦੇ ਕਿ ਸਰਕਾਰ ਸਾਡੇ ਨਾਲ ਆ। ਹਮੇਸ਼ਾ ਇਹੀ ਚੀਜ਼ਾਂ ਹੁੰਦੀਆਂ ਆ ਰਹੀਆਂ ਨੇ, ਪਹਿਲਾਂ ਤਾਂ ਭਰਤੀ ਵੀ 5-5 ਸਾਲ ਤੋਂ ਬਾਅਦ ਕੱਢਦੇ ਨੇ, ਉਦੋਂ ਨੂੰ ਸਾਡੀਆਂ ਏਜਾਂ ਚਲੀਆਂ ਜਾਂਦੀਆਂ ਨੇ, ਕੋਈ ਮਰਮਰਾ ਜਾਂਦਾ ਵਾ, ਕੋਈ ਜ਼ਿੰਮੇਵਾਰੀਆਂ 'ਚ ਰਹਿ ਜਾਂਦਾ, ਕੁਛ 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 ਸਾਰਾ ਕੁਛ ਹੋ ਜਾਂਦਾ, ਪਰ ਇਹਨਾਂ ਦੀਆਂ ਭਰਤੀਆਂ ਲੇਟ ਆਉਂਦੀਆਂ ਨੇ। ਜਦੋਂ ਨੂੰ ਸਾਨੂੰ ਰੁਜ਼ਗਾਰ ਦੇਣ ਦਾ ਟਾਈਮ ਆਉਂਦਾ ਵਾ ਤਾਂ ਵੋਟਾਂ ਮੰਗਣ ਆ ਜਾਂਦੇ ਨੇ। ਕੀ ਕਰੀਏ ਅਸੀਂ ਜਦੋਂ ਸਾਨੂੰ ਰੁਜ਼ਗਾਰ ਹੀ ਨਹੀਂ ਦਿੰਦੇ, ਅਸੀਂ ਤੁਹਾਨੂੰ ਵੋਟਾਂ ਕਿਵੇਂ ਦਈਏ? ਸਾਨੂੰ ਰੁਜ਼ਗਾਰ ਦਿਓ, ਸਾਨੂੰ ਨੌਕਰੀਆਂ ਜ਼ਰੂਰੀ ਆ, ਸਾਨੂੰ ਤੁਹਾਡੇ ਤੋਂ ਭੀਖ ਨਹੀਂ ਚਾਹੀਦੀ, ਸਾਨੂੰ ਸਾਡੇ ਹੱਥ ਦਿੱਤੇ ਰੱਬ ਨੇ, ਅਸੀਂ ਕਮਾਈ ਕਰਕੇ ਖਾ ਸਕਦੇ ਹਾਂ, ਸਾਨੂੰ ਸਿਰਫ ਨੌਕਰੀਆਂ ਚਾਹੀਦੀਆਂ ਨੇ। ਪੰਜਾਬ ਸਰਕਾਰ ਦੇ ਕਿਸੇ ਵੱਡੇ ਅਧਿਕਾਰੀ ਨੂੰ, ਕਿਸੇ ਵੱਡੇ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰੀ ਆ? ਹਾਂਜੀ, ਅਸੀਂ DC ਦਫ਼ਤਰ ਵਿੱਚ ਗਏ ਸੀ ਉਹਨਾਂ ਨੂੰ ਮੰਗ ਪੱਤਰ ਦੇਣ, ਪਰ ਉਹਨਾਂ ਨੇ ਸਾਨੂੰ ਇੱਕ ਲਾਰਾ ਲਾਤਾ, ਝੂਠਾ ਲਾਰਾ, ਕਹਿੰਦੇ ਕਿ ਮੰਗ ਪੱਤਰ ਤੁਹਾਡਾ ਅੱਗੇ ਤੱਕ ਪਹੁੰਚਾਇਆ ਜਾਊਗਾ। ਸਾਨੂੰ ਕੀ ਪਤਾ ਸਾਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਅੱਗੇ ਤੱਕ ਪਹੁੰਚਾਇਆ ਕਿ ਨਹੀਂ, ਫੜ ਕੇ ਲੈ ਗਏ ਸਾਡੇ ਤੋਂ, ਕੋਈ ਉਹਨਾਂ ਨੇ ਆ ਕੇ ਦੱਸਿਆ ਨਹੀਂ ਹੈਗਾ ਵੀ ਤੁਹਾਡਾ ਮੰਗ ਪੱਤਰ ਕਿੱਥੇ ਗਿਆ ਕਿੱਥੇ ਨਹੀਂ, ਕੁਛ ਨਹੀਂ ਪਤਾ। ਇਹ ਨਹੀਂ ਪਤਾ ਕਿ ਉਹ ਪਾੜ ਕੇ ਸੁੱਟ ਦਿੱਤਾ ਗਿਆ ਜਾਂ ਕਿਸੇ ਡਸਟਬਿਨ ਵਿੱਚ ਮਾਰਤਾ ਉਹਨਾਂ ਨੇ। ਅਸੀਂ ਕੱਲ੍ਹ ਦੇ ਇੱਥੇ ਬੈਠੇ ਹਾਂ ਠੰਡ 'ਚ, ਕੋਈ ਆ ਕੇ ਸਾਨੂੰ ਪੁੱਛਦਾ ਨਹੀਂ ਹੈਗਾ। ਅਸੀਂ ਵਿੱਦ ਪਰੂਫ ਵੀ ਦਿਖਾ ਰਹੇ ਹਾਂ ਉਹਨਾਂ ਨੂੰ, ਐਡੀ ਘਪਲਾਬਾਜ਼ੀ ਦਾ ਵਿੱਦ ਪਰੂਫ ਉਹਨਾਂ ਨੂੰ ਦਿਖਾ ਰਹੇ ਹਾਂ, ਫੋਨਾਂ 'ਤੇ ਸੀਟਾਂ ਮਾਰਕ ਸੀਟਾਂ ਸਾਰਾ ਕੁਝ ਦਿਖਾ ਰਹੇ ਹਾਂ, ਪਰ ਅਣਦੇਖਿਆ ਕਰਕੇ ਉਹ ਸਾਨੂੰ ਚਲੇ ਜਾਂਦੇ ਨੇ। ਕੋਈ ਸਾਡੀ ਸੁਣਵਾਈ ਨਹੀਂ ਕਰਨ ਆਉਂਦਾ, ਕੋਈ ਇੱਥੇ ਕੁਛ ਵੀ ਨਹੀਂ ਕਰਨ ਆਉਂਦਾ ਹੈਗਾ। ਕਿਉਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਬੱਚੇ ਰੇਸ਼ਮੀ ਕੱਪੜਿਆਂ ਵਿੱਚ ਪੈਂਦੇ ਨੇ, ਉਹਨਾਂ ਨੂੰ ਆ ਕੇ ਇੱਥੇ ਬਿਠਾ ਕੇ ਦੇਖੋ ਇੱਕ ਰਾਤ, ਤੁਹਾਨੂੰ ਪਤਾ ਲੱਗੇ ਕਿ ਇਹ ਚੀਜ਼ ਹੁੰਦੀ ਕੀ ਆ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਮੈਂ BCOM ਦੇ ਪੇਪਰ ਦਿੱਤੇ ਹੋਏ ਨੇ। ਕੀ ਲੱਗਦਾ ਵੀ ਸਰਕਾਰ ਜਾਗੂਗੀ, ਤੁਹਾਨੂੰ ਹੱਕ ਮਿਲਣਗੇ, ਜਾਂ ਅਗਲਾ ਤੁਹਾਡਾ ਸੰਘਰਸ਼ ਕੀ ਹੋਵੇਗਾ? ਸਰਕਾਰ ਨੇ ਕੀ ਜਾਗਣਾ, ਝੂਠੇ ਲਾਰੇ ਲਾਉਣ ਆਉਂਦੀ ਆ, ਸਿਰਫ ਉਦੋਂ ਜਦੋਂ ਇਹਨਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਨੇ, ਉਦੋਂ ਕਹਿ ਦਿੰਦੇ ਨੇ ਅਸੀਂ ਐਵੇਂ ਕਰਾਂਗੇ ਅਸੀਂ ਐਵੇਂ ਕਰਾਂਗੇ। ਸਾਨੂੰ ਦੱਸਣ ਤਾਂ ਸਹੀ ਹੈ, ਕਰਨਗੇ ਕਦੋਂ? ਉਦੋਂ ਕਰਨਗੇ ਜਦੋਂ ਸਾਡੀਆਂ ਏਜਾਂ ਚਲੀਆਂ ਗਈਆਂ, ਜਾਂ ਉਦੋਂ ਕਰਨਗੇ ਜਦੋਂ ਸਾਡੇ ਮਾਂ ਪਿਓ ਨਹੀਂ ਰਹੇ ਸਾਨੂੰ ਇਸ ਮੁਕਾਮ 'ਤੇ ਦੇਖਣ ਲਈ? ਕਦੋਂ ਕਰਨਗੇ? ਸਰਕਾਰ ਕਦੋਂ ਕਰੂਗੀ? ਸਾਨੂੰ ਪੱਕੇ ਵਾਅਦੇ ਕਰਨ ਸਾਡੇ ਨਾਲ,
ਝੂਠੇ ਨਾ ਕਰਨ ਆਪਦੇ ਪੋਸਟਰ ਬਣਾ ਬਣਾ ਐਡੇ ਐਡੇ ਲਾ ਦਿੰਦੇ ਨੇ ਇਹ ਜਦੋਂ ਕੋਈ ਸਾਡੇ ਮਰਦਾ ਕੋਈ ਸ਼ਹੀਦ ਹੁੰਦਾ ਕੁਛ ਵੀ ਹੁੰਦਾ ਉਹਨਾਂ ਨੂੰ ਤਾਂ ਲਾਇਆ ਨਹੀਂ ਜਾਂਦਾ ਇਹਨਾਂ ਤੋਂ ਅਤੇ ਅੱਗੇ ਚੋਣਾਂ ਆ ਰਹੀਆਂ ਨੇ ਕਿਸ ਨੂੰ ਵੋਟ ਦਿਓਗੇ ਅਤੇ ਕਿਸ ਮੁੱਦੇ 'ਤੇ ਵੋਟ ਦਿਓਗੇ ਅਸੀਂ ਤਾਂ ਸਾਫ਼ ਇਨਕਾਰ ਕਰਦੇ ਹਾਂ ਵੋਟਾਂ ਤੋਂ ਸਾਡੇ ਕੋਲ ਵੋਟਾਂ ਲੈਣ ਨਾ ਆਉਣ ਜੇ ਸਾਨੂੰ ਇਹ ਨੌਕਰੀਆਂ ਨਹੀਂ ਦੇ ਸਕਦੇ ਨਾ ਅਸੀਂ ਵੀ ਵੋਟਾਂ ਨਹੀਂ ਦੇ ਸਕਦੇ ਇਹਨਾਂ ਨੂੰ ਇਹਨਾਂ ਝੂਠੀਆਂ ਸਰਕਾਰਾਂ ਨੂੰ ਅਸੀਂ ਹੁਣ ਹੋਰ ਉੱਤੇ ਨਹੀਂ ਚੜ੍ਹਾ ਸਕਦੇ ਬਸ ਹੋਰ ਦੂਜੀਆਂ ਪਾਰਟੀਆਂ ਬਾਰੇ ਕੀ ਕਹਿਣਾ ਚਾਹੁੰਦੇ ਸਾਰੀਆਂ ਪਾਰਟੀਆਂ ਇੱਕ ਹੀ ਨੇ ਕੋਈ ਪਾਰਟੀ ਇੱਥੇ ਕੋਈ ਵੀ ਨਹੀਂ ਪਾਰਟੀ ਸੁਣਨ ਆਉਂਦੀ ਹਾਂ ਜੇ ਕੋਈ ਪਾਰਟੀ ਸਾਡੇ ਨਾਲ ਆ ਕੇ ਸਾਡੀ ਗੱਲਬਾਤ ਸੁਣੇ ਸਾਡੇ ਨਾਲ ਸਮਝੌਤਾ ਕਰੇ ਅਸੀਂ ਕਹੀਏ ਵੀ ਹਾਂ ਇਹ ਪਾਰਟੀ ਠੀਕ ਆ ਪਰ ਸਾਰੀਆਂ ਪਾਰਟੀਆਂ ਇੱਕ ਹੀ ਨੇ ਇਹ ਸਿਆਸੀ ਲੋਕ ਸਿਰਫ ਇੱਕ ਹੀ ਨੇ ਹੋਰ ਇੱਥੇ ਕਈ ਨੌਜਵਾਨ ਕੁੜੀਆਂ ਨੇ ਮੁੰਡੇ ਨੇ ਆਪਦੇ ਜਿਹੜੇ ਦੁੱਖ ਦਰਦ ਲੈ ਕੇ ਅੱਜ ਰੋੜਾਂ 'ਤੇ ਬੈਠੇ ਨੇ ਤਾਂ ਕਿ ਸਰਕਾਰਾਂ ਜਾਗਣ ਅਤੇ ਉਹ ਆਉਣ ਵਾਲਾ ਸਮਾਂ ਹੀ ਦੱਸਿਆ ਸਰਕਾਰਾਂ ਕਦੋਂ ਜਾਗਣਗੀਆਂ ਹੋਰ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕੀ ਨਾਂ ਤੁਹਾਡਾ ਰਮਨਦੀਪ ਕੌਰ ਕੀ ਕੁਆਲੀਫਿਕੇਸ਼ਨ ਆ ਅਤੇ ਕਿੰਨੇ ਸਮੇਂ ਤੋਂ ਬੈਠੇ ਹੋ ਧਰਨੇ 'ਤੇ ਮੇਰੀ ਪਲੱਸ ਟੂ ਕੀਤੀ ਹੋਈ ਹੈ ਅਤੇ ਮੈਂ ਹੁਣ ਬੀ ਏ ਫਾਈਨਲ ਦੇ ਪੇਪਰ ਦੇਣੇ ਨੇ ਅਸੀਂ ਇੱਥੇ ਇਸ ਲਈ ਬੈਠੇ ਹਾਂ ਪਿਛਲੇ ਦਿਨ ਹੀ ਕੁਛ ਮਹੀਨੇ ਪਹਿਲਾਂ ਕਾਂਸਟੇਬਲ ਦਾ ਪੇਪਰ ਹੋਇਆ ਸੀਗਾ ਅਤੇ ਕੁਝ ਕੁ ਦਿਨ ਪਹਿਲਾਂ ਉਹਦਾ ਰਿਜ਼ਲਟ ਦਿੱਤਾ ਗਿਆ ਰਿਜ਼ਲਟ ਦੇ ਤਾਂ ਸਿਰਫ ਰੋਲ ਨੰਬਰ ਨਾਮ ਕਿਸੇ ਨੂੰ ਕਿਸੇ ਦੇ ਮਾਰਕਸ ਨਹੀਂ ਪਤਾ ਹੈਗੇ ਅਤੇ ਅਸੀਂ ਕਿਹਾ ਵੀ ਮਾਰਕਸ ਸ਼ੋਅ ਕਰੋ ਕਰਤੇ ਪਰ ਮੈਨੂੰ ਸਿਰਫ ਮੇਰੇ ਮਾਰਕਸ ਪਤਾ ਲੱਗਦੇ ਨੇ ਦੂਜੇ ਬੰਦੇ ਦੇ ਕੋਈ ਪਤਾ ਨਹੀਂ ਲੱਗਦੇ ਉਹ ਵੀ ਉਦੋਂ ਪਤਾ ਲੱਗਣਗੇ ਜੇ ਮੇਰੇ ਕੋਲ ਉਹਦਾ ਪਾਸਵਰਡ ਹੋਊ ਆਈ ਡੀ ਹੋਊ ਫਿਰ ਕੀ ਲੱਗਦਾ ਕੀ ਕਾਰਨ ਹੋਇਆ ਜਾਂ ਕੀ ਚੱਕਰ ਆ ਸਾਰਾ ਇਹ ਤਾਂ ਘਪਲਾ ਹੀ ਹੋਇਆ ਸਾਰਿਆਂ ਨੂੰ ਦਿਖਦਾ ਹੈਗਾ ਸਰਕਾਰਾਂ ਨੂੰ ਪਤਾ ਹੈਗਾ ਵੀ ਕੀ ਕੁਛ ਚੱਲ ਰਿਹਾ ਹੈਗਾ ਉਹਨਾਂ ਦੇ ਸਾਰਾ ਕੁਛ ਅੱਖਾਂ ਸਾਹਮਣੇ ਪਰ ਉਹ ਅਣਦੇਖਿਆ ਕਰਦੇ ਨੇ ਇਸ ਨੌਕਰੀ 'ਚ ਭਰਤੀ ਹੋਣ ਲਈ ਕਿੰਨਾ ਸਮਾਂ ਤੁਸੀਂ ਤਿਆਰੀ ਕਰੀ ਕਿੰਨਾ ਸਮਾਂ ਤੁਸੀਂ ਪ੍ਰੈਕਟਿਸ ਕਰੀ ਤਿੰਨ ਤਿੰਨ ਸਾਲ ਹੋ ਗਏ ਚਾਰ ਚਾਰ ਸਾਲ ਹੋ ਗਏ ਅਕੈਡਮੀਆਂ 'ਚ ਰਹਿੰਦਿਆਂ ਨੂੰ ਫੀਸਾਂ ਭਰਦਿਆਂ ਨੂੰ ਚਾਰ ਚਾਰ ਹਜ਼ਾਰ ਮਹੀਨੇ ਦੀ ਫੀਸ ਹੈ ਇੱਕ ਦਿਨ ਦੀ ਦਿਹਾੜੀ 300 ਹੁੰਦੀ ਹੈ 4000 ਦੇਖ ਲਓ ਅਸੀਂ ਕਿਵੇਂ ਭਰਦੇ ਹੋਵਾਂਗੇ ਉਹ ਸਾਨੂੰ ਹੀ ਪਤਾ ਜਾਂ ਸਾਡੇ ਮਾਂ ਬਾਪਾਂ ਨੂੰ ਪਤਾ ਹੈ ਹੁਣ ਕੀ ਅੱਗੇ ਕਹਿਣਾ ਚਾਹੁੰਦੇ ਸਰਕਾਰਾਂ ਸਰਕਾਰਾਂ ਨੂੰ ਤਾਂ ਇਹੀ ਮੰਗ ਹੈ ਵੀ ਘਪਲੇ ਕਰਨੇ ਬੰਦ ਕਰ ਦਿਓ ਜੇ ਘਪਲੇ ਐਂ ਚੱਲਦੇ ਰਹੇ ਤਾਂ ਸਾਡੇ ਤੋਂ ਵੋਟਾਂ ਦੀ ਉਮੀਦ ਨਾ ਰੱਖਣ ਹੁਣ ਅਗਲਾ ਸੰਘਰਸ਼ ਕੀ ਹੋਵੇਗਾ ਇੱਥੇ ਤੁਸੀਂ ਬੈਠੇ ਹੋ ਪੁਲ ਦੇ ਉੱਪਰ ਜੇਕਰ ਹੁਣ ਤਾਂ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਅੱਗੇ ਕੀ ਪਲੈਨਿੰਗ ਕਰੀਏ ਬਸ ਇਹ ਧਰਨਾ ਐਵੇਂ ਜਾਰੀ ਰਹੂਗਾ ਜੇ ਕੁਛ ਵੀ ਸਾਡੇ ਸਾਹਮਣੇ ਨਾ ਆਇਆ ਸਾਡਾ ਇਨਸਾਫ ਨਾ ਹੋਇਆ ਤਾਂ ਅਸੀਂ ਜਲੰਧਰ ਜਿੱਥੇ ਟ੍ਰਾਇਲ ਹੋਣਗੇ ਉੱਥੇ ਧਰਨਾ ਦੇਵਾਂਗੇ ਚਾਹੇ ਅਸੀਂ ਮਰਮਰਾ ਜਾਈਏ ਸਾਨੂੰ ਕੋਈ ਚੱਕਰ ਨਹੀਂ ਹੈਗਾ ਜਦੋਂ ਇੱਥੇ ਤੱਕ ਗੱਲ ਪਹੁੰਚ ਗਈ ਸੜਕਾਂ 'ਤੇ ਅਸੀਂ ਆ ਗਏ ਸਰਕਾਰਾਂ ਨੂੰ ਹਲੇ ਤੱਕ ਨਹੀਂ ਪਤਾ ਲੱਗਦਾ ਹੈਗਾ ਇਹ ਪੰਜਾਬ ਦਾ ਉਹ ਭਵਿੱਖ ਆ ਜਿਹਨੂੰ ਪੰਜਾਬ ਦੀਆਂ ਸਰਕਾਰਾਂ ਸਮੇਂ ਸਮੇਂ ਦੀਆਂ ਸਰਕਾਰਾਂ ਰੁਜ਼ਗਾਰ ਦੇਣ ਦੇ ਵਾਅਦੇ ਕਰਦੀਆਂ ਨੇ ਰੁਜ਼ਗਾਰ ਦੇਣ ਦੇ ਐਲਾਨ ਕਰਦੀਆਂ ਨੇ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਬੋਰਡ ਲੱਗਦੇ ਨੇ ਅਤੇ ਦੂਜੀ ਤੋਂ ਦੂਜੀ ਪਾਰਟੀ ਵੱਡੇ ਵੱਡੇ ਐਲਾਨ ਲੈ ਕੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ ਦੇ ਵਾਅਦੇ ਕਰਦੀ ਆ ਅਤੇ ਹਰ ਘਰ ਦੇ ਵਿੱਚ ਨੌਕਰੀ ਦੇ ਕੇ ਉਹਨੂੰ ਆਪਦਾ ਘਰ ਰੁਜ਼ਗਾਰ ਚਲਾਉਣ ਦੇ ਵਾਅਦੇ ਕਰਦੀ ਆ ਇਹ ਸਾਰੇ ਵਾਅਦੇ ਹਰ ਸਮੇਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਝੂਠੇ ਸਾਬਤ ਹੁੰਦੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਆ ਨੌਜਵਾਨੀ ਆ ਨੌਜਵਾਨੀ ਨੈਸ਼ਨਲ ਹਾਈਵੇ ਦੇ ਉੱਪਰ ਅੱਜ ਆਪਦੀ ਨੌਕਰੀ ਦੀ ਭਰਤੀ ਨੂੰ ਦੇ ਨਾ ਹੋਣ ਕਾਰਨ ਤਾਂ ਇੱਕੋ ਹੀ ਆ ਵੀ ਭਰਤੀ ਨਹੀਂ ਹੋਏ ਹੈਗੇ ਜੇ ਕਿਤੇ ਹੋਰ ਨੌਕਰੀ ਮਿਲ ਜਾਂਦੀ ਇਹਨਾਂ ਨੂੰ ਕਿਸੇ ਮਹਿਕਮੇ 'ਚ ਤਾਂ ਵੀ ਇਹਨਾਂ ਨੇ ਘਰ ਚਲਾਉਣੇ ਸੀ ਗੱਲ ਤਾਂ ਇਹ ਵੀ ਲੋਕਾਂ ਨੂੰ ਘਰ ਚਲਾਉਣੇ ਔਖੇ ਨੇ ਉਹਦੇ ਲਈ ਨੌਕਰੀਆਂ ਦੀ ਲੋੜ ਆ ਨੌਕਰੀਆਂ ਸਰਕਾਰਾਂ ਦੇਣ ਤੋਂ ਸਮਰੱਥ ਨੇ ਜਿਹਦੇ ਕਰਕੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਆਪਦੇ ਹੱਕ ਮੰਗਣ ਲਈ ਇਹ ਰੋੜਾਂ ਦੇ ਉੱਪਰ ਰਾਤਾਂ ਗੁਜ਼ਾਰਨੀਆਂ ਪੈ ਰਹੀਆਂ ਨੇ ਮੈਂ ਸੰਗਰੂਰ ਤੋਂ ਪੱਤਰਕਾਰ ਲਖਵੀਰ ਸਿੰਘ ਧਾਂਦਰਾ T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ